ਹੈਲੋ ਜੀ ਵੈਲਕਮ ਬੈਕ ਟੂ ਦਾ ਚੈਨਲ ਰਮਨ ਵਲੌਗਸ ਸੋ ਜਿਵੇਂ ਤੁਹਾਨੂੰ ਟਾਈਟਲ ਤੋਂ ਪਤਾ ਲੱਗ ਹੀ ਗਿਆ ਹੋਣਾ ਹੈ ਕਿ ਆਪਾਂ ਅੱਜ ਕਿਹੜੀ ਵੀਡੀਓ ਬਣਾਣੀ ਹੈ ਤੇ ਉਹਦੇ ਵਿੱਚ ਮੈਂ ਤੁਹਾਨੂੰ ਅੱਜ ਦੱਸੂਗਾ ਕਿ ਮੈਨੂੰ ਐਡਮਿੰਟਨ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੂੰ ਤੇ ਇੱਥੇ ਆਪਾਂ ਨੂੰ ਵਧੀਆ ਕੀ ਹੈਗਾ ਵਾ ਕਿਉਂ ਲੋਕੀ ਜ਼ਿਆਦਾਤਰ ਇੱਥੇ ਮੂਵ ਹੋਣ ਦੀ ਸੋਚ ਰਹੇ ਨੇ ਤੇ ਡਿਫਰੈਂਸ ਦੱਸੂਗਾ ਤੁਹਾਨੂੰ ਸੋ ਇਹ ਵੀਡੀਓ ਮੋਸਟਲੀ ਉਹ ਹੀ ਲੋਕੀ ਦੇਖਣਗੇ ਜਿਹੜੇ ਲੋਕੀ ਇੱਥੇ ਮੂਵ ਹੋਣ ਦੀ ਸੋਚ ਰਹੇ ਨੇ ਜਾਂ ਫਿਰ ਉਹਨਾਂ ਨੇ ਆਲਰੇਡੀ ਪਲਾਨ ਬਣਾ ਲਿਆ ਆ ਤੇ ਉਹਨਾਂ ਨੂੰ ਮੈਂ ਦਿਖਾਉਣਾ ਚਾਹ ਰਿਹਾ ਕਿ ਡਿਫਰੈਂਸ ਕੀ ਹੈ ਤੇ ਤੁਸੀਂ ਆਪਣੀ ਪ੍ਰੋਵਿੰਸ ਜਿੱਥੇ ਤੁਸੀਂ ਰਹਿ ਰਹੇ ਹੋ ਚਾਹੇ BC ਚ ਰਹਿ ਰਹੇ ਹੋ ਜਾਂ ਤੁਸੀਂ Ontario ਚ ਰਹਿ ਰਹੇ ਹੋ ਜਿੱਥੋਂ ਤੁਸੀਂ ਮੂਵ ਹੋ ਕੇ ਆਣਾ ਚਾਹ ਰਹੇ ਹੋ ਤੇ ਉੱਥੇ ਤੁਸੀਂ ਆਪਣੇ ਆਪ ਹੀ ਡਿਫਰੈਂਸ ਨੋਟ ਕਰ ਲੈਣਾ ਕਿ ਉੱਥੇ ਕਿਵੇਂ ਦਾ ਆ ਤੇ ਇੱਥੇ ਕੀ ਕੀ ਡਿਫਰੈਂਸ ਹੈਗੇ ਆ ਤਦੋਂ ਮੈਂ ਤੁਹਾਨੂੰ ਦਿਖਾਉਂਗਾ ਇੱਥੇ ਟੈਕਸਿਸ ਦੱਸੂਗਾ ਵੀ ਕਿੰਦਾ ਕਿੰਨਾ ਟੈਕਸ ਇੱਥੇ ਲੱਗਦਾ ਜੇ ਆਪਾਂ ਕੋਈ ਵੀ ਪਰਚੇਸ ਕਰਦੀਆਂ ਚੀਜ਼ ਨੰਬਰ 2 ਤੇ ਤੁਹਾਨੂੰ ਦਿਖਾਉਂਗਾ ਇੱਥੇ ਗੈਸ ਦਾ ਪ੍ਰਾਈਸ ਕਿੰਨਾ ਹੈਗਾ ਆ ਤੇ ਤੁਸੀਂ ਆਪਣੇ ਕੰਪੇਅਰ ਕਰ ਲਿਓ ਜਿੱਥੇ ਤੁਸੀਂ ਰਹਿ ਰਹੇ ਹੋ ਕਰੰਟਲੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸੂਗਾ ਕਿ ਮੈਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ ਤੇ ਮੈਂ ਇੱਥੇ ਕਿੰਨਾ ਕੁ ਸੈਟਲ ਹੈਗਾ ਆ ਆਪਾਂ ਨੂੰ ਫਾਇਦਾ ਹੈਗਾ ਇੱਥੇ ਆਣ ਦਾ ਜਾਂ ਨਹੀਂ ਹੈਗਾ ਤੇ ਚਲੋ ਫਿਰ ਆਪਾਂ ਵੀਡੀਓ ਸਟਾਰਟ ਕਰਦੇ ਆ ਲੈਟਸ ਗੋ ਆਪਾਂ ਹੁਣ ਆ ਗਏ ਆ ਇੱਕ ਗੈਸ ਸਟੇਸ਼ਨ ਤੇ ਆਏ ਆ ਜਿਹਦਾ ਨਾਮ ਹੈਗਾ ਕੋਆਪ ਗੈਸ ਸਟੇਸ਼ਨ ਤੁਸੀਂ ਦੇਖ ਸਕਦੇ ਹੋ ਉਧਰਲੀ ਸਾਈਡ ਤੇ ਤੇ ਕੋਆਪ ਤੇ ਆਪਣੀ ਹੁਣ ਤੁਹਾਨੂੰ ਦਿਖਾਣਾ ਕਿ ਇੱਥੇ ਐਡਮਿੰਟਨ ਦੇ ਵਿੱਚ ਗੈਸ ਦਾ ਪ੍ਰਾਈਸ ਦੇਖ ਲਓ ਤੁਸੀਂ ਆਪਾਂ ਗੈਸ ਸਟੇਸ਼ਨ ਤੇ ਖੜੇ ਆ ਤੇ ਆ ਹੈਗਾ ਰੈਗੂਲਰ ਗੈਸ ਦਾ ਪ੍ਰਾਈਸ ਹੈਗਾ ਇਹ ਹੈਗਾ 137.9 ਪਰ ਲੀਟਰ ਸੋ 1 ਲੀਟਰ ਦਾ ਰੈਗੂਲਰ ਗੈਸ ਹੈਗਾ ਇੰਨਾ ਪ੍ਰਾਈਸ ਹੈ ਤੇ ਜਿਹੜਾ 89 ਹੈਗੀ ਆ ਉਹ ਹੈਗੀ ਆ 154.9 ਤੇ ਉਸ ਬਾਅਦ ਗੈਸ ਜਿਹੜਾ 91オクटेन ਜਿਹੜੀ ਪ੍ਰੀਮੀਅਮ ਗੈਸ ਜੂਨ ਕਹਿੰਦੇ ਆ ਉਹਦਾ ਪ੍ਰਾਈਸ ਹੈਗਾ 163.9 ਪਰ ਲੀਟਰ ਤੇ ਡੀਜ਼ਲ ਦਾ ਪ੍ਰਾਈਸ ਜਿਹੜਾ ਹੈਗਾ ਉਹ ਇੱਥੇ ਹੈਗਾ 1 ਐਂਡ 57.9 ਪਰ ਲੀਟਰ ਸੋ ਇਹ ਐਡਮਿੰਟਨ ਦੇ ਵਿੱਚ ਗੈਸ ਪ੍ਰਾਈਸਿਸ ਇੱਕ ਰੈਗੂਲਰ ਗੈਸ ਸਟੇਸ਼ਨ ਦਾ ਆ ਤੇ ਹੁਣ ਤੁਹਾਨੂੰ ਦਿਖਾ ਕੇ ਲਿਆਣਾ ਕਿ ਆਪਾਂ ਕੋਸਕੋ ਦੇ ਵਿੱਚ ਆਪਾਂ ਨੂੰ ਗੈਸ ਪ੍ਰਾਈਸ ਇੱਥੇ ਕਿੰਨਾ ਆ ਚਲੋ ਫਿਰ ਲੈਟਸ ਗੋ ਆਜੋ ਸੋ ਹੁਣ ਆਪਾਂ ਆ ਗਏ ਆ ਕੋਸਕੋ ਦੇ ਵਿੱਚ ਤੇ ਕੋਸਕੋ ਦੇ ਵਿੱਚ ਗੈਸ ਦਾ ਪ੍ਰਾਈਸ ਹੈਗਾ 131.9 ਇਹ ਹੈਗਾ ਰੈਗੂਲਰ ਗੈਸ ਦਾ ਪ੍ਰਾਈਸ ਤੇ ਜਿਹੜਾ ਪ੍ਰੀਮੀਅਮ ਗੈਸ ਹੈਗਾ ਉਹ ਹੈਗਾ 146.9 ਤੇ ਠੰਡ ਹੋ ਗਈ ਅੱਜ ਦੁਆਰਾ ਤੋਂ ਫੇਰ ਤੇ ਦੇਖ ਲਓ ਉੱਥੇ 136 ਸੀਗੀ ਹੈ ਨਾ ਲੱਗਦਾ 5 ਤੋਂ 6 ਸੈਂਟ ਦਾ ਫਰਕ ਹੈਗਾ ਆ ਪਰ ਕਈ ਵਾਰੀ ਸਿਟੀ ਦੇ ਵਿੱਚ ਹੋਰ ਵੀ ਜ਼ਿਆਦਾ ਐਕਸਪੈਂਸਿਵ ਮੈਂ ਦੇਖੀ ਆ ਕੱਲ ਜਿਵੇਂ ਦੇਖਿਆ ਸੀ 145 ਸੀਗੀ ਕਈ ਜਗ੍ਹਾ ਤੇ ਪਰ ਰੈਗੂਲਰ ਜਿਹੜੀ ਗੈਸ ਆ ਕੋਸਕੋ ਵਿੱਚ ਸਸਤੀ ਹੁੰਦੀ ਆ ਤੇ ਤੁਸੀਂ ਆਪਣੀ ਜਿੱਥੇ ਪ੍ਰੋਵਿੰਸ ਵਿੱਚ ਤੁਸੀਂ ਰਹਿ ਰਹੇ ਹੋ ਉੱਥੇ ਕੰਪੇਅਰ ਕਰ ਸਕਦੇ ਹੋ ਜਿਵੇਂ ਇੱਥੇ ਲਿਖਿਆ ਹੋਇਆ ਹੈ ਮੈਂਬਰਸ ਓਨਲੀ ਸੋ ਕੋਸਟ ਕੋ ਦੇ ਵਿੱਚ ਤੁਸੀਂ ਤਾਂ ਹੀ ਗੈਸ ਭਰ ਸਕਦੇ ਹੋ ਜੇ ਤੁਹਾਡੇ ਕੋਲ ਮੈਂਬਰਸ਼ਿਪ ਕਾਰਡ ਹੈਗਾ ਦੇਖੋ ਆਪਣੇ ਕੋਲ ਇਹ ਮੈਂਬਰਸ਼ਿਪ ਕਾਰਡ ਹੁੰਦਾ ਹੈ ਇੱਥੇ ਤੇ ਇਹ ਹੋਣਾ ਜ਼ਰੂਰੀ ਹੈ ਜੇ ਥੋੜਾ ਕੁਲ ਨਹੀਂ ਹੈਗਾ ਤੇ ਫਿਰ ਤੁਸੀਂ ਇੱਥੇ ਗੈਸ ਭਰਾ ਨਹੀਂ ਸਕਦੇ ਹੈਗੇ ਨਾ ਤੁਸੀਂ ਅੰਦਰ ਸ਼ਾਪਿੰਗ ਵੀ ਨਹੀਂ ਕਰ ਸਕਦੇ ਸੋ ਆਪਾਂ ਹੁਣ ਗੈਸ ਫਿਊਲ ਅਪ ਕਰ ਰਹੇ ਆਏ ਆਂ ਤੇ ਤੁਸੀਂ ਦੇਖ ਹੀ ਲਿਆ ਕਿ ਡਿਫਰੈਂਸ ਕਿੰਨਾ ਹੈਗਾ ਇੱਥੇ ਗੈਸ ਪ੍ਰਾਈਸ ਦੇ ਵਿੱਚ ਤੇ ਆਪਾਂ ਹੁਣ ਕੁਝ ਪਰਚੇਸ ਕਰਦੇ ਆਂ ਤੁਹਾਨੂੰ ਪਰਚੇਸ ਤੇ ਦਿਖਾਣਾ ਵੀ ਉੱਥੇ ਆਪਾਂ ਨੂੰ ਟੈਕਸ ਕਿੰਨਾ ਲੱਗਦਾ ਆ ਤੇ ਉਹ ਤੁਹਾਨੂੰ ਦਿਖਾਉਂਗਾ ਰਸੀਦ ਦੇ ਉੱਪਰ ਵੀ ਕਿੰਨਾ ਟੈਕਸ ਉਹ ਤੇ ਆਪਾਂ ਨੂੰ ਚਾਰਜ ਕਰਦੇ ਆਂ ਅਲਬਰਟਾ ਦੇ ਵਿੱਚ ਐਡਮਿੰਟਨ ਦੇ ਵਿੱਚ ਤੇ ਤੁਸੀਂ ਫਿਰ ਡਿਫਰੈਂਸ ਆਪਣੇ ਆਪ ਚੈੱਕ ਕਰ ਲਿਓ ਚਲੋ ਫਿਰ ਉੱਪਾ ਹੁਣ ਕਾਸਕਾ ਦੇ ਵਿੱਚੋਂ ਦੋ ਚੀਜ਼ਾਂ ਲਈਆਂ ਨੇ ਇੱਕ ਆਪਾਂ ਹਾਂ ਲਈਆ ਲੋਟਸ ਬਿਸਕਟ ਲਈ ਨੇ ਤੇ ਨਾਲ ਇੱਕ ਲਈ ਆਪਾਂ ਆਈਸਕ੍ਰੀਮ ਸੋ ਲੋਟਸ ਬਿਸਕਟ ਦੇ ਉੱਤੇ ਕੋਈ ਟੈਕਸ ਨਹੀਂ ਲੱਗਿਆ ਹੈਗਾ ਇੱਥੇ ਪਰ ਇਹ ਪਤਾ ਨਹੀਂ ਮੈਨੂੰ ਕਿਉਂ ਨਹੀਂ ਲੱਗਿਆ ਆਈਟਮ ਦੇ ਉੱਤੇ ਟੈਕਸ ਬਣਦਾ ਬਿਸਕਟ ਦੇ ਉੱਪਰ ਟੈਕਸ ਨਹੀਂ ਹੁੰਦਾ ਪਰ ਹੁਣ ਅਸੀਂ ਤਾਂ ਹੀ ਫਿਰ ਤੁਹਾਨੂੰ ਦਿਖਾਉਣ ਵਾਸਤੇ ਆਈਸਕ੍ਰੀਮ ਲਈਆ ਦੇਖੋ ਤੇ ਆਈਸਕ੍ਰੀਮ ਆਪਾਂ ਲਈਆ ਇਹਦਾ ਆਈਸਕ੍ਰੀਮ ਦਾ ਪ੍ਰਾਈਸ ਹੈਗਾ 3 ਡਾਲਰ ਐਂਡ 49 ਸੈਂਟ ਇਹ ਆਈਸਕ੍ਰੀਮ ਸੰਡੇ ਆ ਸਟਰਾਬਰੀ ਸੰਡੇ ਇਹਦੇ ਉੱਪਰ ਟੈਕਸ ਆਪਨ ਲੱਗਿਆ ਹੋਆ 17 ਸੈਂਟ ਕਿ ਜੇ ਆਪਾਂ ਉਹਨें ਨੂੰ ਕੈਲਕੂਲੇਟ ਕਰਕੇ ਦੇਖਦੇ ਆ 17 ਸੈਂਟ ਤੇ ਆਪਾਂ ਨੂੰ ਟੈਕਸ ਇਹਦੇ ਉੱਤੇ ਪਿਆ ਵਾ 5% ਟੈਕਸ ਪਿਆ ਵਾ 5% ਟੈਕਸ ਸੋ ਪਰਚੇਸ ਦੇ ਉੱਤੇ ਇੱਥੇ ਹਮੇਸ਼ਾ 5% ਟੈਕਸ ਪੈਂਦਾ ਆ ਤੇ ਦੇਖੋ ਜੇ ਆਪਾਂ 100 ਡਾਲਰ ਦੀ ਸ਼ਾਪਿੰਗ ਕਰਾਂਗੇ ਤੇ ਆਪਾਂ ਨੂੰ ਆਲਮੋਸਟ 5 ਡਾਲਰ ਹੀ ਟੈਕਸ ਪਹਿਣਾ ਆ ਕਿਉਂਕਿ 3 ਡਾਲਰ 49 ਸੈਂਟ ਤੇ ਆਪਾਂ ਨੂੰ 17 ਸੈਂਟ ਟੈਕਸ ਪਿਆ ਵਾ ਜਿਹੜਾ ਕਿ 5% ਬਣਦਾ ਆ ਤੁਸੀਂ ਗੈਸ ਪ੍ਰਾਈਸ ਵੀ ਚੈੱਕ ਕਰ ਲਿਆ ਐ ਰੀਮਿੰਟਨ ਦੇ ਵਿੱਚ ਤੇ ਤੁਹਾਨੂੰ ਟੈਕਸ ਵੀ ਦੱਸਦਾ ਕਿ ਪਰਚੇਸ ਤੇ ਟੈਕਸ ਕਿੰਨਾ ਪੈਂਦਾ ਆ ਤੇ ਤੀਜੀ ਜਿਹੜੀ ਮੇਜਰ ਚੀਜ਼ ਹੈਗੀ ਆ ਉਹ ਹੁੰਦਾ ਆ ਕਿ ਆਪਾਂ ਨੂੰ ਹਾਊਸਿੰਗ ਕਰਕੇ ਬਹੁਤ سارے ਲੋਕਾਂ ਨੂੰ ਹੁੰਦਾ ਹੈ ਕਿ ਆਪਾਂ ਮੂਹ ਹੋ ਜਾਈਏ ਕਿਉਂਕਿ ਬਾਕੀ ਜਗ੍ਹਾ ਤੇ ਹਾਊਸਿੰਗ ਮਹਿੰਗੀ ਹੈ ਤੇ ਤੁਸੀਂ ਮੇਰੇ ਪਿੱਛੇ ਇਹ ਘਰ ਦੇਖਦੇ ਪਿਓ ਦੇਖੋ ਇਹਨਾਂ ਦੀਆਂ ਡੀਲਸ ਪੈਂਡਿੰਗ ਲੱਗੀਆਂ ਹੋਈਆਂ ਐ ਮੈਂ ਤੁਹਾਨੂੰ ਘਰ ਦਾ ਪ੍ਰਾਈਸ ਵੀ ਚੈੱਕ ਕਰਾਉਣਾ ਸੀਗਾ ਇੱਥੇ ਪਹਿਲਾਂ ਲਿਖਿਆ ਹੁੰਦਾ ਸੀਗਾ ਘਰਾਂ ਦਾ ਪ੍ਰਾਈਸ ਵੀ ਪਰ ਇਹ ਜਿਹੜਾ ਹੁਣ ਘਰ ਨਹੀਂ ਦੇਖੋ ਤੁਸੀਂ ਲਿਖਿਆ ਹੋਇਆ ਇੱਥੇ 1605 ਸਕੁਅਰ ਫੀਟ ਦਾ ਘਰ ਹੈਗਾ ਇਹ ਤੇ ਤਿੰਨ ਬੈਡਰੂਮ ਤੇ ਢਾਈ ਬਾਥ ਬਾਥ ਦਾ ਇਹ ਘਰ ਹੈਗਾ ਜਿਹੜਾ ਇਹ ਘਰ ਦਾ ਪ੍ਰਾਈਸ ਆ ਇਹ ਆਲਮੋਸਟ 4 ਲੱਖ ਦੇ ਨੇੜੇ ਹੋਊਗਾ ਇਹਦਾ ਕਿਉਂਕਿ ਇਹ ਹੈਗਾ ਇਹਦਾ ਗਰਾਜ ਹੁੰਦਾ ਪਿਛਲੇ ਪਾਸੇ ਤੇ ਜਿਹੜੇ ਘਰਾਂ ਦੇ ਗਰਾਜ ਜਿਹੜੇ ਫਰੰਟ ਤੇ ਹੁੰਦੇ ਨੇ ਉਹਨਾਂ ਦਾ ਪ੍ਰਾਈਸ ਇੱਥੇ ਐਡਮਿੰਟਨ ਦੇ ਵਿੱਚ 5 ਲੱਖ 60000 ਜਾਂ ਫਿਰ 550 ਤੁਸੀਂ ਜੇ ਤੁਸੀਂ ਮੇਰੀ ਪਹਿਲਾਂ ਵੀਡੀਓ ਦੇਖੀ ਹੈ ਉਹਦੇ ਵਿੱਚ ਮੈਂ ਸਾਰਾ ਐਕਸਪਲੇਨ ਕੀਤਾ ਹੋਇਆ ਤੁਹਾਨੂੰ ਘਰਾਂ ਘਰ ਦੇ ਵਿੱਚ ਅੰਦਰ ਜਾ ਕੇ ਵੀ ਦਿਖਾਇਆ ਹੋਇਆ ਹੈ ਕਿ ਇੱਥੇ ਦੇ ਘਰ ਕਿੱਦਾਂ ਦੇ ਹੁੰਦੇ ਆ ਤੇ ਉਹਨਾਂ ਦਾ ਪ੍ਰਾਈਸ ਕੀ ਹੈ ਤੁਸੀਂ ਮੇਰੀ ਉਹ ਵੀਡੀਓ ਜਾ ਕੇ ਚੱਕਰ ਨੂੰ ਕਰ ਸਕਦੇ ਹੋ ਤੁਹਾਨੂੰ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਤੇ ਮਤਲਬ ਕਿ ਜਿਹੜੇ ਪ੍ਰਾਈਸ ਨੇ ਘਰਾਂ ਦੇ ਇੱਥੇ ਇਹ ਬ੍ਰੈਂਡ ਨਿਊ ਘਰ ਜੇ ਤੁਸੀਂ ਪੁਰਾਣਾ ਕਰ ਲੈਣਾ ਉਹ ਫਿਰ ਤੁਹਾਨੂੰ ਘੱਟ ਪ੍ਰਾਈਸ 'ਚ ਵੀ ਮਿਲ ਜਾਂਦਾ ਹੈ ਪਰ ਜਿਹੜੇ ਇਹੇ ਕਰਨੇ ਇਹ ਬ੍ਰੈਂਡ ਨਿਊ ਕਰਨੇ ਤੇ ਤੁਸੀਂ ਆਪੇ ਹੀ ਕੰਪੇਅਰ ਕਰ ਸਕਦੇ ਹੋ ਕਿ ਜਿੱਥੇ ਤੁਸੀਂ ਆਪ ਰਹਿ ਰਹੇ ਹੋ ਤੇ ਉੱਥੇ ਦਾ ਪ੍ਰਾਈਸ ਕੀ ਆ ਤੇ ਹੁਣ ਇੱਥੇ ਤੁਸੀਂ ਦੇਖ ਲਓ ਵੀ ਇਹ ਇੱਥੇ ਦਾ ਐਡਮਿੰਟਨ ਦੇ ਵਿੱਚ ਇੰਨਾ ਪ੍ਰਾਈਸ ਕਰਾਂ ਦਾ ਹੈਗਾ ਆ ਤੇ ਤਿੰਨ ਚੀਜ਼ਾਂ ਤੁਸੀਂ ਹੁਣ ਦੇਖ ਲਈਆਂ ਨੇ ਤੁਸੀਂ ਗੈਸ ਪ੍ਰਾਈਸ ਵੀ ਦੇਖ ਲਿਆ ਪਰਚੇਸ ਦੇ ਉੱਤੇ ਵੀ ਦੇਖ ਲਿਆ ਤੇ ਤੁਸੀਂ ਹੁਣ ਹਾਊਸਿੰਗ ਵੀ ਦੇਖ ਲਈ ਆ ਵੀ ਹਾਊਸਿੰਗ ਇੱਥੇ ਕਿੰਨੀ ਕੁ ਮਹਿੰਗੀ ਜਾਂ ਸੁਸਤੀ ਹੈਗੀ ਆ ਚਲੋ ਫਿਰ ਆਪਾਂ ਹੁਣ ਚੱਲਦੇ ਆਂ ਬਾਕੀ ਗੱਲਬਾਤ ਕਰਦੇ ਆਂ ਘਰੇ ਜਾ ਕੇ ਤੁਹਾਨੂੰ ਦੱਸਦਾ ਹੋਰ ਕੀ ਡਿਫਰੈਂਸ ਹੈਗਾ लेट्स ਗੋ ਹਾਂਜੀ ਤੇ ਹੁਣ ਆਪਾਂ ਘਰੇ ਆ ਗਏ ਸੀਗੇ ਤੇ ਤੁਹਾਨੂੰ ਮੈਂ ਹੁਣ ਦੱਸਦਾ ਆਂ ਕਿ ਹੋਰ ਆਪਾਂ ਨੂੰ ਇੱਥੇ ਕੀ ਕੀ ਡਿਫਰੈਂਸ ਹੈਗਾ ਆ ਸੋ ਜੇ ਤੁਸੀਂ ਦੇਖਿਆ ਕਿ ਗੈਸ ਪ੍ਰਾਈਸ ਦੇ ਵਿੱਚ ਆਪਾਂ ਨੂੰ ਕਿੰਨਾ ਡਿਫਰੈਂਸ ਹੈਗਾ ਤੁਸੀਂ ਨੋਟ ਕਰ ਹੀ ਲਿਆ ਹੋਣਾ ਆ ਤੇ ਜਦੋਂ ਆਪਾਂ ਗੈਸ ਭਰಾಣੀ ਆ ਹੁਣ ਗੱਡੀ ਦੇ ਵਿੱਚ ਆਪਾਂ ਨੂੰ ਇੰਸ਼ੋਰੈਂਸ ਵੀ ਕਰਾਣੀ ਪੈਂਦੀ ਆ ਇੱਥੇ ਸੋ ਗੱਡੀ ਦੀ ਇੰਸ਼ੋਰੈਂਸ ਜਿਹੜੀ ਮੈਂ ਪੇ ਕਰ ਰਿਹਾ ਐ ਐਡਮਿੰਟਨ ਦੇ ਵਿੱਚ ਜਦੋਂ ਦਾ ਮੈਂ ਆਇਆ ਆ ਤੇ ਮੈਂ ਹਜੇ ਮੇਰੀ ਪਹਿਲਾਂ ਥੋੜੀ ਜਿਆਦਾ ਹੁੰਦੀ ਸੀਗੀ ਆ ਆਲਮੋਸਟ 180 190 ਦੇ ਨੇੜੇ ਤੇੜੇ ਹੁੰਦੀ ਸੀ ਉਦੋਂ ਮੇਰੀ ਕਾਰ ਦੀ ਇੰਸ਼ੋਰੈਂਸ ਤੇ ਪਰ ਹੁਣ ਜਿਵੇਂ ਜਿਵੇਂ ਮੈਨੂੰ ਟਾਈਮ ਹੋ ਗਿਆ ਨਾਲੇ ਮੇਰੇ ਕੋਲ ਇੱਕ ਕਲਾਸ 1 ਦਾ ਲਾਇਸੈਂਸ ਵੀ ਹੈਗਾ ਟਰੱਕ ਦਾ ਲਾਇਸੈਂਸ ਮੇਰੇ ਕੋਲ ਹੈਗਾ ਤੇ ਮੇਰੇ ਕੋਈ ਵੀ ਡੀਮੈਰਿਟ ਪੁਆਇੰਟ ਨਹੀਂ ਹੈਗੇ ਉਹਦੇ ਉੱਤੇ ਤੇ ਕੋਈ ਵੀ ਮਤਲਬ ਕਿ ਵਾਇਲੇਸ਼ਨ ਮੈਂ ਹਜੇ ਤੱਕ ਮੈਂ ਕੋਈ ਨਹੀਂ ਕੀਤੀ ਹੈਗੀ ਤੇ ਮੇਰੀ ਰਾਈਟ ਨਾਓ ਜਿਹੜਾ ਹੁਣ ਮੈਂ ਪੇ ਕਰਦਾ ਪਿਆ ਆਪਣੀ ਕਾਰ ਦੀ ਇੰਸ਼ ਹੈਗੀ ਹੈ 132 ਡਾਲਰ ਪੇ ਕਰ ਰਹੇ ਆ ਉਹ ਅਸੀਂ ਦੋਨਾਂ ਦੀ ਹੈ ਮੇਰੀ ਤੇ ਮੇਰੇ ਵਾਈਫ ਦੀ ਦੋਨਾਂ ਦੀ ਹੈ ਜੇ ਜਦੋਂ ਮੇਰੀ ਇਕੱਲੇ ਦੀ ਹੁੰਦੀ ਸੀਗੀ ਉਦੋਂ ਮੈਂ 89 ਡਾਲਰ ਇਕੱਲੇ ਵੀ ਪੇ ਕਰਦਾ ਹੁੰਦਾ ਸੀਗਾ ਸੋ ਇਹ ਤੁਸੀਂ ਦੇਖ ਸਕਦੇ ਹੋ ਤੁਹਾਡੇ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਕਿੰਨੀ ਹੈਗੀ ਹੈ ਤੁਸੀਂ ਆਪਣੇ ਆਪ ਕੰਪੇਅਰ ਕਰ ਸਕਦੇ ਹੋ ਇਹਨੂੰ ਤੇ ਹੁਣ ਤੁਹਾਨੂੰ ਮੈਂ ਦੱਸਦਾ ਕਿ ਮੈਂ ਜਦੋਂ ਇੱਥੇ ਐਡਮਿੰਟਨ ਦੇ ਵਿੱਚ ਮੂਵ ਹੋਇਆ ਸੀਗਾ ਪਹਿਲਾਂ ਮੈਂ ਵੈਨਕੂਵਰ ਦੇ ਵਿੱਚ ਰਹਿੰਦਾ ਹੁੰਦਾ ਸੀਗਾ ਸੋ ਮੇਨਲੀ ਸਾਰਿਆਂ ਦਾ ਰੀਜ਼ਨ ਐਡਮਿੰਟਨ ਦੇ ਵਿੱਚ ਮੂਵ ਹੋਣ ਦਾ ਇਹੀ ਹੁੰਦਾ ਹੈ ਕਿ ਆਪਾਂ ਨੂੰ ਵਧੀਆ ਜੌਬ ਅਪਰਚੂਨਿਟੀਆਂ ਮਿਲਣ ਹਨਾ ਇੱਥੇ ਤੇ ਦੂਜੀ ਗੱਲ ਹੁੰਦੀ ਹੈ ਕਿ ਆਪਾਂ ਨੂੰ ਅਫੋਰਡੇਬਲ ਹਾਊਸਿੰਗ ਹੋਵੇ ਸਾਰਾ ਕੁਝ ਅਫੋਰਡੇਬਲ ਹੋਵੇ ਇਥੇ ਐਡਮਿੰਟਨ ਦੇ ਵਿੱਚ ਤਾਹੀਂ ਆਪਾਂ ਆਪਣਾ ਖਰਚਾ ਘਟਾਣ ਦੀ ਕਰਕੇ ਆਪਾਂ ਮੂਹ ਹੋਣਾ ਚਾਹ ਰਹੇ ਹੁੰਦੇ ਆ ਤੁਹਾਨੂੰ ਦੱਸਦਾ ਮੈਨੂੰ ਇੱਥੇ ਐਡਮਿੰਟਨ ਦੇ ਵਿੱਚ ਮੂਹ ਹੋਏ ਨੂੰ ਆਲਮੋਸਟ ਹੁਣ 8 ਸਾਲ ਤਾਂ ਹੋ ਚੁੱਕਿਆ ਕਿਉਂਕਿ ਮੈਂ 2016 ਦੇ ਵਿੱਚ 2016 ਦੇ ਵਿੱਚ ਮੂਹ ਹੋਇਆ ਸੀਗਾ ਐਡਮਿੰਟਨ ਦੇ ਵਿੱਚ ਤੇ ਇੱਥੇ ਆ ਕੇ ਬਹੁਤ ਕੁਝ ਬਣਾਇਆ ਵਾ ਅ ਮਤਲਬ ਕਿ ਬਹੁਤ ਜ਼ਿਆਦਾ ਜੌਬਸ ਵੀ ਕੀਤੀਆਂ ਨੇ ਬਹੁਤ ਸਾਰਾ ਵਧੀਆ ਐਕਸਪੀਰੀਅੰਸ ਹੈਗਾ ਇੱਥੇ ਮੇਰਾ ਰਹਿਣ ਦਾ ਮਤਲਬ ਕਿ ਇੱਥੇ ਜੌਬਸ ਮੈਨੂੰ ਕਦੀ ਵੀ ਪ੍ਰੋਬਲਮ ਨਹੀਂ ਆਈ ਵੀ ਮੈਨੂੰ ਕਦੀ ਜੌਬ ਨਹੀਂ ਮਿਲੀ ਹੈਗੀ ਇੱਥੇ ਬਹੁਤ ਸਾਰੀਆਂ ਜੌਬਸ ਮੈਂ ਕੀਤੀਆਂ ਵੀ ਆ ਜਿਵੇਂ ਮੈਂ ਇੱਥੇ ਕੋਸਕੋ ਦੇ ਵਿੱਚ ਵੀ ਕੰਮ ਕਰਦਾ ਰਿਹਾ ਪਹਿਲਾਂ ਮੈਂ ਓਬਰ ਵੀ ਚਲਾਈ ਆ ਇੱਥੇ ਮੈਂ ਟਰੱਕ ਵੀ ਚਲਾਉਂਦਾ ਹੁੰਦਾ ਸੀ ਪਹਿਲਾਂ ਬਾਕੀ ਹੁਣ ਰਾਈਟ ਨਾਉ ਜਿਹੜੀ ਮੈਂ ਜੌਬ ਕਰਦਾ ਪਿਆ ਮੈਂ ਗਵਰਨਮੈਂਟ ਆਫ ਕੈਨੇਡਾ ਨਾਲ ਕੰਮ ਕਰ ਰਿਹਾ ਮੇਰਾ ਵਰਕ ਫਰਮ ਹੋਮ ਹੁੰਦਾ ਆ ਤੇ ਦੇਖੋ ਜੌਬ ਓਪਰਚ्युनिटीज ਇੱਥੇ ਬ ਵੀਸ ਮੇਰਾ ਇੱਕ ਆਪਣਾ ਇੱਥੇ ਵਧੀਆ ਘਰ ਹੈਗਾ ਆ ਜੇ ਆਪਾਂ ਤੁਸੀਂ ਕੰਪੇਅਰ ਕਰ ਸਕਦੇ ਹੋ ਜਿੱਥੇ ਤੁਸੀਂ ਰਹਿ ਰਹੇ ਹੋ ਵੀ ਤੁਹਾਨੂੰ ਕਿੰਨਾ ਟਾਈਮ ਉੱਥੇ ਹੋ ਗਿਆ ਹੈ ਰਾਈਟ ਤੇ ਤੁਸੀਂ ਉੱਥੇ ਕੋਈ ਪ੍ਰਾਪਰਟੀ ਆਪਣੀ ਬਣਾਈ ਹੈ ਜਾਂ ਨਹੀਂ ਬਣਾਈ ਤੁਸੀਂ ਕੰਪੇਅਰ ਕਰ ਸਕਦੇ ਹੋ ਵੀ ਇੱਥੇ ਕਿੱਦਾਂ ਦਾ ਹੈਗਾ ਸਿਸਟਮ ਤੇ ਜਿਹੜੇ ਘਰਾਂ ਦੇ ਪ੍ਰਾਈਸਿਸ ਹੈਗੇ ਨੇ ਇੱਥੇ ਬਾਕੀ ਜਗ੍ਹਾ ਨਾਲੋਂ ਘੱਟ ਹੈਗੇ ਆ ਟੈਕਸ ਆਪ ਨੂੰ ਘੱਟ ਪੇ ਕਰਨਾ ਪੈਂਦਾ ਆ ਗੈਸ ਪ੍ਰਾਈਸ ਵੀ ਘੱਟ ਹੈਗੀ ਆ ਗਰੋਸਰੀ ਵਗੈਰਾ ਤਾਂ ਮੈਨੂੰ ਲੱਗਦਾ ਸਾਰੇ ਕਿਤੇ ਆਲਮੋਸਟ ਸੇਮ ਹੀ ਹੁੰਦੀ ਆ ਉਹ ਚ ਬਹੁਤ ਬੜਾ ਇਹਨਾਂ ਡਿਫਰੈਂਸ ਹੁੰਦਾ ਨਹੀਂ ਹੈਗਾ। ਬਾਕੀ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਉਹ ਵੀ ਦਿਖਾਵਾਂ ਤੁਸੀਂ ਮੈਨੂੰ ਕਮੈਂਟ ਡਾਊਨ ਬਿਲੋ ਕਰਕੇ ਦੱਸ ਸਕਦੇ ਹੋ ਤੁਹਾਨੂੰ ਮੈਂ ਉਹ ਵੀ ਦਿਖਾ ਦੂੰਗਾ ਕਿ ਇੱਥੇ ਕਿੰਨਾ ਕੁ ਡਿਫਰੈਂਸ ਹੈਗਾ। ਐਡਮਿੰਟਨ ਦੇ ਵਿੱਚ ਸਾਰੇ ਰੈਸਟੋਰੈਂਟਸ ਵਗੈਰਾ ਹੁਣ ਹੈਗੇ ਨੇ ਮਤਲਬ ਕਿ ਤੁਹਾਨੂੰ ਫੂਡ ਦੇ ਵਿੱਚ ਕੋਈ ਵੀ ਉਹ ਨਹੀਂ ਹੈਗਾ ਕਿ ਇੱਥੇ ਰੈਸਟੋਰੈਂਟਸ ਨਹੀਂ ਹੈਗੇ। ਅੱਗੇ ਤਾਂ ਪਹਿਲਾਂ ਜਦੋਂ ਮੈਂ ਮੂਵ ਹੋ ਕੇ ਇੱਥੇ ਆਇਆ ਸੀਗਾ ਉਦੋਂ ਕਈ ਵਾਰੀ ਕਿਉਂਕਿ ਇੰਡੀਅਨ ਕਮਿਊਨਿਟੀ ਬਹੁਤ ਘੱਟ ਸੀਗੀ ਪਰ ਹੁਣ ਇੱਥੇ ਇੰਡੀਅਨ ਕਮਿਊਨਿਟੀ ਇੰਨੀ ਜ਼ਿਆਦਾ ਆ ਗਈ ਹੈ ਜੇ ਤੁਸੀਂ ਮੈਂ ਪਹਿਲਾਂ ਆਪਣੀ ਜਿਹੜੀ ਪਹਿਲਾਂ ਵੀਡੀਓ ਬਣਾਈ ਆ ਮੈਂ ਆਪਣੀ ਉਹਦੇ ਵਿੱਚ ਮੈਂ ਤੁਹਾਨੂੰ ਸਾਰੇ ਜਗਤ ਤੇ ਘੁਮਾ ਕੇ ਲੈ ਕੇ ਆਇਆ ਤੁਹਾਨੂੰ ਦਿਖਾਇਆ ਵੀ ਕਿੱਥੇ ਕਿੱਥੇ ਪੰਜਾਬੀ ਕਮਿਊਨਿਟੀ ਰਹਿੰਦੀ ਵੀ ਆ ਤੇ ਤੁਸੀਂ ਉਹ ਵੀ ਵੀਡੀਓ ਦੇਖ ਸਕਦੇ ਹੋ ਉੱਚ ਮੈਂ ਤੁਹਾਨੂੰ ਫੂਡ ਵੀ ਦੱਸਿਆ ਵੀ ਕਿੱਥੇ ਕਿੱਥੇ ਵਧੀਆ ਫੂਡ ਵੀ ਮਿਲਦਾ ਆ ਤੇਰੀ ਨੈਕਸਟ ਵੀਡੀਓ ਮੇਰੀ ਆਊਗੀ ਮੈਂ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਲੱਗ ਲੱਗ ਸਪੈਸ਼ਲ ਰੈਸਟੋਰੈਂਟਸ ਦਿਖਾਊਗਾ ਵੀ ਕਿਹੜੇ ਕਿਹੜੇ ਪੰਜਾਬੀ ਰੈਸਟੋਰੈਂਟਸ ਇੱਥੇ ਹੈਗੇ ਨੇ ਤੇ ਫੂਡ ਵੀ ਬਹੁਤ ਵਧੀਆ ਮਤਲਬ ਕਿ ਟੇਸਟ ਬਿਲਕੁਲ ਸੇਮ ਇੰਡੀਆ ਵਾਲਾ ਟੇਸਟ ਤੁਹਾਨੂੰ ਇੱਥੇ ਮਿਲਦਾ ਤੇ ਕੱਲ ਵੀ ਅਸੀਂ ਇੱਕ ਨਵੀਂ ਜਗ੍ਹਾ ਡਿਸਕਵਰ ਕੀਤੀ ਹੈ ਉੱਥੇ ਵੀ ਨੂਡਲ ਵਾਲਾ 버ਗਰ ਮਿਲਦਾ ਹੈ ਤੁਹਾਨੂੰ ਉਹ ਵੀ ਦੱਸੂਗਾ ਮੈਂ ਜਦੋਂ ਸਾਡਾ ਨੈਕਸਟ ਵੀਡੀਓ ਉਹਦੇ ਵਿੱਚ ਮੈਂ ਤੁਹਾਨੂੰ ਸਾਰੇ ਰੈਸਟੋਰੈਂਟਸ ਦਿਖਾਊਗਾ ਵੀ ਫੂਡ ਵਾਲੇ ਜਿਹੜੇ ਕਿੱਥੇ ਕਿੱਥੇ ਮਿਲਦੇ ਆ ਤੇ ਜੇ ਤੁਹਾਨੂੰ ਕੋਈ ਵੀ ਹੋਰ ਇਨਫੋਰਮੇਸ਼ਨ ਦੀ ਐ ਜੁੜ ਦਊਗਾ। ਹੋਪਫੁਲੀ ਤੁਹਾਡੇ ਵਾਸਤੇ ਇਹ ਵਧੀਆ ਇਨਫੋਰਮੇਸ਼ਨ ਹੋਊਗੀ। ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ। ਤੇ ਇਦਾਂ ਦੀ ਤੁਹਾਨੂੰ ਹੋਰ ਵੀਡੀਓਜ਼ ਤੁਹਾਨੂੰ ਦਿਖਾਉਂਗਾ ਐਡਮਿੰਟਨ ਬਾਰੇ ਵੀ ਇੱਥੇ ਕਿੱਦਾਂ ਦਾ ਲਾਈਫਸਟਾਈਲ ਹੈਗਾ ਵੀ ਕਿੱਦਾਂ ਇੱਥੇ ਲੋਕ ਰਹਿੰਦੇ ਆ। ਚਲੋ ਫਿਰ ਆਪਾਂ ਹੁਣ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ।